जिहड़े झूठियां गल्लां ते आ गए इन्हां नूं वोटां पा के 92 च ता गए। अज पिटदी आ पंजाब दी जनता वी यार साडे नाल तां बड़ा माड़ा हो गया। हुण 11 महीने हो गए लॉ एंड आर्डर सिद्धू मूसे वाला भेट चढ़िया पंजाब दे विच कैसी दुर्दशा अज चरम सीमा ते पहुंच गया करप्शन भ्रष्टाचार। जिहड़े सोचदे आ वी 2022 वाली सुनामी दुबारा आऊगी ओह गलत फहमी च आ। ਉਹ ਸੁਨਾਮੀ ਆ ਹਟੀ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾਨ ਤਾਂ ਪਹਿਲਾਂ ਕਹਿੰਦਾ ਵੀ ਕਿਸੇ ਨੂੰ ਦਵਾਨੀ ਦੇਣ ਦੀ ਲੋੜ ਨਹੀਂ ਮੈਂ ਕੰਮ ਫ੍ਰੀ ਚ ਕਰਾ ਕੇ ਦਊਂ ਸਾਰਿਆਂ ਦੇ। ਪਹਿਲਾਂ ਤੁਸੀਂ ਗੱਲ ਕਰਾਈਆਂ ਧੰਨਵਾਦ ਕਰਦਾ ਮੈਂ ਪੰਜਾਬ ਦੇ ਵਾਸੀਆਂ ਦਾ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਦਾ ਜਿਨ੍ਹਾਂ ਦੀਆਂ ਦੁਆਵਾਂ ਅਤੇ ਜਿਨ੍ਹਾਂ ਦੀਆਂ ਹੱਲਾ ਸ਼ੇਰੀਆਂ ਦੀ ਬਦੌਲਤ ਬੈਂਸ ਨੇ ਸੱਚਾਈ ਦੇ ਨਾਲ ਖੜ ਕੇ ਝੂਠ ਦੇ ਵਰਖਿਲਾਫ਼ ਲੜਾਈ ਲੜੀ ਹੈ ਕਰਪਸ਼ਨ ਦੇ ਖਿਲਾਫ਼ ਲੜਾਈ ਲੜੀ ਹੈ। ਸੋ ਮੈਂ ਜਿੱਥੇ ਪੰਜਾਬੀਆਂ ਦਾ ਧੰਨਵਾਦ ਕਰਦਾ ਉੱਥੇ ਮਾਨਯੋਗ ਅਦਾਲਤ ਦਾ ਜਿਹਨੂੰ ਮੈਂ ਆਲਵੇਜ਼ ਕਿਹਾ ਕਿ ਜੇ ਮੇਰੇ ਉੱਤੇ 26 ਮੁਕੱਦਮੇ ਆ 27 ਮੁਕੱਦਮੇ ਆ ਅਤੇ ਮੈਨੂੰ ਮਾਨਯੋਗ ਅਦਾਲਤ ਜਿਹੜੀ ਜਸਟਿਸ ਦਾ ਟੈਂਪਲ ਆ ਨਿਆਂ ਦਾ ਮੰਦਰ ਆ ਉਹਦੇ 'ਚ ਬੈਠਾ ਜੱਜ ਮੇਰੇ ਵਾਸਤੇ ਦੇਵਤਾ ਰੱਬ ਆ ਮੈਨੂੰ ਨਿਆਂ ਮਿਲੂਗਾ। ਔਰ ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਸਮੇਂ ਜਿਹੜੀਆਂ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਨੇ ਜਿਹਨੂੰ ਲੈ ਕੇ ਪੂਰੇ ਪੰਜਾਬ ਦੇ ਲੋਕ ਅੱਜ ਇੰਨਾ ਵੱਡਾ ਪਿਆਰ ਦੇਣ ਵਾਸਤੇ ਬਰਨਾਲਾ ਜੇਲ੍ਹ ਅਤੇ ਬਰਨਾਲਾ ਜੇਲ੍ਹ ਤੋਂ ਲੈ ਕੇ ਆ ਲੁਧਿਆਣਾ। ਸੋ ਮੈਂ ਧੰਨਵਾਦ ਕਰਦਾ ਮਾਨਯੋਗ ਅਦਾਲਤ ਦਾ। ਔਰ ਅੱਜ ਪੰਜਾਬ ਦੇ ਅੰਦਰ ਕੀ ਆ ਜਿਸ ਤਨ ਲੱਗਾ ਸੋਈ ਜਾਣਾ ਮੈਂ 7 ਮਹੀਨੇ ਕੱਟੇ ਅੱਜ ਪੂਰੇ 7 ਮਹੀਨੇ ਹੋਏ ਆ ਉਹ ਲੋਕ ਜਿਨ੍ਹਾਂ ਨੇ ਅਦਾਲਤ ਵੱਲੋਂ ਦਿੱਤੀ ਹੋਈ ਸਜ਼ਾ ਪੂਰੀ ਕਰਨ ਤੋਂ ਬਾਅਦ 22-22 25-25 ਸਾਲ ਬੰਦੀ ਸਿੰਘ ਜਿਨ੍ਹਾਂ ਨੂੰ ਰਿਹਾਅ ਕਰਾਉਣ ਵਾਸਤੇ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਪੱਕਾ ਮੋਰਚਾ ਲੱਗਿਆ ਹੋਇਆ ਉਸ ਤੋਂ ਬਾਅਦ ਦੇ ਵਿੱਚ ਜੀਰਾ ਫੈਕਟਰੀ ਉਸ ਤੋਂ ਬਾਅਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਲੋਕਾਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਪੱਕਾ ਮੋਰਚਾ ਲਾਉਣ ਦੀ ਲੋੜ ਪਈ ਜਦਕਿ ਵੋਟਾਂ ਤੋਂ ਪਹਿਲਾਂ ਇਹ ਚੁਟਕੀ ਵੀ ਆਉਂਦੇ ਸੀ ਚੁਟਕੀ ਵੀ ਅਸੀਂ ਇੱਦਾਂ ਫੜ ਕੇ ਅੰਦਰ ਦੇ ਦਿਆਂਗੇ। ਹੁਣ 11 ਮਹੀਨੇ ਹੋ ਗਏ ਲਾਅ ਐਂਡ ਆਰਡਰ ਸਿੱਧੂ ਮੂਸੇ ਵਾਲਾ ਭੇਟ ਚੜ੍ਹਿਆ ਪੰਜਾਬ ਦੇ ਵਿੱਚ ਕੈਸੀ ਦੁਰਦਸ਼ਾ ਲਤੀਫਪੁਰ ਕਹਿੰਦੇ ਸੀ ਹਰ ਬੰਦੇ ਦੇ ਸਿਰ 'ਤੇ ਛੱਤ ਹੋਊਗੀ ਉਹ ਲਤੀਫਪੁਰ ਵਾਲਿਆਂ ਦਾ ਕੀ ਤੁਸੀਂ ਉਹਨਾਂ ਨੂੰ ਬੇਘਰੇ ਕਰ ਦਿੱਤਾ ਉਹ ਧਰਨਾ ਲਾਈ ਬੈਠੇ। ਸੋ ਮੈਂ ਇਹ ਲੁਧਿਆਣੇ ਦੀ ਪ੍ਰੈਸ ਆ ਇਸ ਗੱਲ ਦੀ ਗਵਾਹ ਤੁਸੀਂ ਮੇਰੇ ਛੋਟੇ ਵੱਡੇ ਭਰਾ ਬੈਠੇ ਹੋ ਜਿਹੜਾ ਕੰਮ ਲੁਧਿਆਣੇ ਦੇ ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਚਾਹੇ ਉਹ ਤਹਿਸੀਲ ਆ ਨਗਰ ਨਿਗਮ ਆ ਬਿਜਲੀ ਬੋਰਡ ਆ ਉਹ ਕਚਹਿਰੀ ਆ ਜਿਹੜਾ ਕੰਮ ਦੋਸਤੋ 3000-4000 ਰੁਪਇਆ ਰਿਸ਼ਵਤ ਦੇ ਕੇ ਮੰਨ ਲਓ ਉਦਾਹਰਨ ਦੇ ਤੌਰ 'ਤੇ ਇੱਕ ਰਜਿਸਟਰੀ ਸੀ ਉਹ 3000 ਤੋਂ 5000 ਦੇ ਵਿੱਚ ਰਿਸ਼ਵਤ ਲੈ ਕੇ ਤਹਿਸੀਲਦਾਰ ਕੱਢ ਦਿੰਦਾ ਹੁੰਦਾ ਸੀ ਅੱਜ ਚਰਮ ਸੀਮਾ 'ਤੇ ਪਹੁੰਚ ਗਿਆ ਕਰਪਸ਼ਨ ਭ੍ਰਿਸ਼ਟਾਚਾਰ। ਅੱਜ 35000 ਤੋਂ ਲੈ ਕੇ 70000 ਰੁਪਈਏ ਤੱਕ ਹਰ ਤਹਿਸੀਲ ਦੇ ਵਿੱਚ ਇਕੱਲਾ ਲੁਧਿਆਣਾ ਨਹੀਂ ਪੰਜਾਬ ਦੇ ਲੋਕਾਂ ਦੀ ਜੇਬ ਕੱਟੀ ਜਾ ਰਹੀ ਹੈ ਇਕੱਲੀ ਤਹਿਸੀਲ ਨਹੀਂ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ। ਮੈਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਵਾਉਣਾ ਮੈਂ ਵਾਚਮੈਨ ਹਾਂ ਇਮਾਨਦਾਰੀ ਨਾਲ ਵਾਚਮੈਨੀ ਕੀਤੀ ਆ ਇਮਾਨਦਾਰੀ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਆ ਅਤੇ ਕਰਪਟ ਬਿਊਰੋਕਰੇਸੀ ਦੇ ਖਿਲਾਫ਼ ਕਰਪਟ ਪੋਲੀਟੀਸ਼ੀਅਨ ਦੇ ਖਿਲਾਫ਼ ਹਮੇਸ਼ਾ ਮੈਂ ਜੱਦੋਜਹਿਦ ਕੀਤੀ ਆ। ਮੈਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਵਾਉਣਾ ਤੁਹਾਡਾ ਵਾਚਮੈਨ ਆ ਗਿਆ ਨਿਸ਼ਚਿੰਤ ਹੋ ਜਾਓ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਮੈਂ ਨਾਲ ਚੱਲੂੰਗਾ ਤੁਹਾਡੇ ਕਿਸੇ ਨੂੰ ਰਿਸ਼ਵਤ ਦਾ ਪੈਸਾ ਦੇਣ ਦੀ ਲੋੜ ਨਹੀਂ। ਉਹ ਪਾਰਟੀ ਜਿਹੜੀ ਸਰਕਾਰ ਤੋਂ ਪਹਿਲਾਂ 0% ਟੋਲਰੈਂਸ ਔਨ ਕਰਪਸ਼ਨ ਕਹਿ ਕੇ ਆਈ ਸੀ ਅੱਜ ਵੱਡੀਆਂ ਵੱਡੀਆਂ ਇਸ਼ਤਿਹਾਰਬਾਜ਼ੀਆਂ ਕਰਕੇ ਬੜਾ ਕੁਛ ਡਰਾਮੇਬਾਜ਼ੀ ਨੌਟੰਕੀ ਕੀਤੀ ਜਾ ਰਹੀ ਹੈ ਪਰ ਅਸਲੀਅਤ ਮੇਰੇ ਨਾਲੋਂ ਵੱਧ ਮੇਰੇ ਸਤਿਕਾਰਯੋਗ ਮੀਡੀਆ ਦੇ ਦੋਸਤ ਜਾਣਦੇ ਆ। ਸੋ ਮੈਂ ਤੁਹਾਡਾ ਵੀ ਬੜਾ ਰਿਣੀ ਆ ਤੁਸੀਂ ਆਲਵੇਜ਼ ਸੱਚ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਦੀ ਕਰਨ ਵਾਸਤੇ ਬਹੁਤ ਵੱਡਾ ਸਪੋਰਟ ਕੀਤਾ ਥੈਂਕ ਯੂ ਵੈਰੀ ਮੱਚ। ਫਿਰ ਲੋਕਾਂ ਦੀ ਸੇਵਾ ਇਮਾਨਦਾਰੀ ਦੇ ਨਾਲ ਚਾਹੇ ਬੈਂਸ ਦੇ ਉੱਤੇ ਕਹਿੰਦੇ 16 ਮੁਕੱਦਮਿਆਂ 'ਚ ਜ਼ਮਾਨਤ ਹੋ ਕੇ ਬੈਂਸ ਬਾਹਰ ਆਇਆ 16 ਤੋਂ ਜ਼ਮਾਨਤ ਹੋਈ ਆ ਹੈਗੇ 25-26 ਆ ਜਦੋਂ ਮੁਕੱਦਮਿਆਂ ਤੋਂ ਢਿੱਡ ਭਰ ਜਾਂਦਾ ਨਾ ਫਿਰ ਦੇਖਦੇ ਆ ਵੀ ਮੁਕੱਦਮਿਆਂ 'ਚੋਂ ਵੀ ਯਾਰ ਲੋਕ ਤਾਂ ਉਦੋਂ ਵੀ ਵੱਧ ਨਾਲ ਮੋਹ ਅਤੇ ਪਿਆਰ ਕਰਨ ਲੱਗ ਗਏ ਅਤੇ ਫਿਰ ਆ ਜਾਂਦੇ ਆ ਵੀ ਹੁਣ ਤੇਰੀ ਖੇਡ ਖਤਮ। ਅੱਜ ਸਵੇਰੇ ਇੱਕ ਧਮਕੀ ਆਈ ਮੇਰੇ ਅਫੀਸ਼ੀਅਲ ਪੇਜ ਦੇ ਉੱਤੇ ਕਿ ਤੇਰਾ ਖੇਡ ਖਤਮ ਆ ਜਾ ਬਾਹਰ ਆ ਗਿਆ ਹੁਣ ਨਹੀਂ ਤੈਨੂੰ ਛੱਡਦੇ।
मैं दसना चाहना मैं किसी गिदड़ धमकी तो डरन वाला नहीं गा। मेरा आखिरी श्वास मेरे खून का आखिरी कतरा पंजाब के लोगों की सेवा खातर आ। तुसी सोचते होवो भी भाड़े टट्टुआं कोलों धमकियां दवा के तुसी इस काफले नूं रोक लोगे, तुसी गलत फहमी दे विचों ये गलत फहमी दूर कर लो। मैं वो जिहड़ी थ्रैट आई बड़े बैन साहब ने वो डी जी पी ADGP सिक्योरिटी एंड CP लुधियाणा नूं देती है। और जे कोई मेरे टब्बर दे मैंबर नूं कोई होया तां सीधे तौर पर सरकार की जिम्मेवारी हो। उधरों रिहाई हो रही है, उधरों तुरंत थ्रैट्स आ रहे, इहदा मतलब आ कि अपने विरोध दे विच कोई उठन वाली संभावी आवाज़ नूं दबाउण वास्ते तुसीं घटिया हथकंडियां ते उतरे हो। सो मैं फिर दोस्तों बहुत बहुत शुक्रिया, बड़ी मेहरबानी। देखो सब तो पहला ये काफला परमिंदर जी छड़दे भी आउंदे भी आ, अज बहुत सारे छड़े हुए फिर शामिल हो गए आके नगर निगम की चोण ते जलंधर की उप चोण। पंजाब के अंदर नगर निगम दी चोणा आउणियां ने, फिर बाय इलैक्शन जलंधर हैगी MP की। सो ये 11 महीनों के लोकतंत्र ने एक महान शीशा, लोकतंत्र बड़ा महान आ। उन्हें इस बार 2022 दे विच उन्हें 2022 दी इलैक्शन दे विच दो धिरां नूं सबक सिखाया। दो धिरां नूं पहली धिर कहड़ी आ, महान लोकतंत्र ने जिन्हां नूं सबक सिखाया, पहली धिर आ स्थापित पार्टियां जिन्हां ने लंबा समां पंजाब ते राज कीता, अकाली ते कांग्रेस। दूजी धिर हैगी आ पंजाब दे लोक जिहड़े झूठियां गल्लां 'च आ गए, इन्हां नूं वोटां पा के 92 जिता गए। अज पिटदी आ पंजाब दी जनता वी यार साडे नाल तां बड़ा माड़ा हो गया, ये तो सानू कहिंदे कोई सी निकले कुछ। ये लोकतंत्र की महानता, उन्हें दो लोगों नू अकल सिखाई, पहला स्थापित धिर नू कि जे लोग तुहानू सरकार दिंदे आ ते बंदिया वांगू इमानदारी दे नाल सरकार चला लो। ते दूजी लोकतंत्र ने मत दित्ती है पंजाब दे वोटर नू कि भाई बिना जांचे परखे वोट ना पाओ। जिहड़ा तुहानू आ के लारे टपारे लाउंदा, तुहानू हसीन सुपने फ्यूचर दे दिखाउंदा, कदे उहनां दे आखे ना लगो। मैनू कोई कह दे अज कोई सज्जन MLA जिहड़ा कोई मोबाइल ठीक करन वाला, कोई व्यापारी बन गया, कोई दूजा, मैनू कोई बंदा कह दे भी बैंस तू मोबाइल ठीक कर दे, मैं दोस्तों मोबाइल किदां ठीक कर लूँगा, कर सकदा मैं मोबाइल ठीक? नहीं, नेवर। वो किसे जिहड़े दूजे बनाते लोकतंत्र की महानता दे विच वोटर दूजे MLA जिहड़े बन गए, वो किदां ये ब्यूरोक्रेसी नूं लोकां दे काम फ्री कराउण वास्ते तोर लैणगे? तजर्बा गैर तजर्बेकार सरकार पंजाब के अंदर हाहाकार मची आ। मैं भगवंत मान जी को बेनती करनी चाहना थोड़े जरिए, पंजाब का खजाना कितना भरना, 5 लाख करोड़ रुपये के करीब पंजाब करजई आ। सब तो पहला पंजाब के पानी की कीमत वसूल शुरुआत दिल्ली तो, जिदे वास्ते केजरीवाल साहब कमिटमेंट करके गए थे 2017 के अंदर कि 0.2 MF पानी मैं कीमत भेजूंगा, फिर राजस्थान से हरियाणे तो लियो तुसीं। सो मैं CM पंजाब नूं बेनती करदा दिल्ली नूं मुफ्त दे विच जा रहे पानी की कीमत वसूल करने लई बिल भेजन, ते कीमत गुराई करन तो बाद फिर राजस्थान ते हरियाणे दी वारी। संजय कह तुहाडा छड्ड के चला गया सर, यूथ दा प्रधान BJP च चला गया, कहा जा रहा है कि तुसीं भी BJP जा सकदे हो, ते कितना सही है तुहाडा? तुहाडे पिता जी तुहानू कह देणगे वी तू घर छड्ड के किसे चाचे ताए दे घर च चलिया जा? नहीं कह सकते, ये मन घड़त गल्लां। मैं उहदी गल दस रहा, मैं किसी बंदे नूं जोर जबरदस्ती रख नहीं सकता, मैं किसी नूं अपनी पार्टी दे विच्चों दूजी पार्टी च भेजा जिहड़ी मैं उदाहरण दित्ती आ वी बापू अपने पुत नूं कहिंदा नहीं कि तू चाचे दे घरे जाके रह ला, इह निर्मूल गल्लां ने। काफला रोहित काफला इह टुटदा बणदा, टुटदा वड्डा हुंदा छोटा हुंदा, पर सच दा यस बैंस होवे जेल दे विच ते ओह लोग जिहड़े छड्ड के चले गए, अज पंजाब दी जनता थू थू करदी आ उहनां दे उत्ते कि माड़े समय दे विच साथी परखे जांदे आ। जे मैं जेल 'च आं एदू वड्डी परख दी घड़ी होर कहड़ी आउणी सी? मैं किदां कह दूंगा वी गठजोड़ नहीं करांगे, राजनीति आ
पंजाब दे अंदर चंगे काम करन वास्ते पंजाब नूं बेहतरी दे दर्जे ते ले जाण वास्ते पंजाब दे लोकां नूं चंगीआं सहूलतां मुहैया कराउण वास्ते भ्रष्टाचार नूं नकेल पाउण वास्ते दोस्त पावर दी बड़ी जरूरत है। मैं किदां कहदा वी असीं गठजोड़ नहीं करांगे, करांगे पंजाब ते पंजाब दे लोकां दे भले दी खातर जिहड़ी तिर चंगी मैं कहा जिहड़ी तिर चंगी होऊगी कह तां दित्ता जिहड़ा पंजाब ते पंजाब दे लोकां दा भला सोची होऊ छोटे वीर पिछली बार 3,10,000 पहला उदू कारपोरेशन आ बाय इलेक्शन जलंधर आ कारपोरेशन दे इलेक्शन कल्ली लुधियाणा नहीं पंजाब सारियां नगर निगमां लड़ांगे लुधियाणा पूरे दल बल दे नाल लड़ांगे। वह लोग जिहड़े सोचदे आ वी 2022 वाली सुनामी दुबारा आऊगी वह गलत फहमी च आ। वह सुनामी आ हटी 89 दे विच लुधियाणा तो पार्लियामेंट मैंबर बीबी बुलारा जिते सी सिमरनजीत सिंह मान तरन तारण तो जिते सी उदों सुनामी आई सी। हुण 2022 दे विच सुनामी आई है ये लोग नैवर 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 सुनामी हर साल नहीं आउंदी 101% लोगों ने देख लिया 11 महीनों के तुलना हुई है काम की तुलना हुई है। बंदा 5-4 दुकानों पर जाता फिर तुलना करता भी फलानी दुकान का समान बड़ा चंगा ये 11 महीनों के तुलना हुई है भी बैंस लोगों के काम कि करवाता सी ते नवी सरकार दे नवे नवे दे किदां करांदे आ तुलना कीती आ लोकां ने नवी शुरुआत होगी बैंस दी अज तों 101% काबल दे जम्मिआं नूं नित मेहमानां दा पहलां कहदा वी किसे नूं दवानी देण दी लोड़ नहीं मैं कम फ्री च करा के दऊं सारिआं दे।